हाँ जी भाई सुखजीत सिंह खोसा जी, वाहिगुरु जी का खालसा वाहिगुरु जी की फतेह जी। घर वाहिगुरु जी का खालसा वाहिगुरु जी की फतेह जी। परिवार से तां चढ़दी कला च ने जी। बड़ी दया, तुसी सुनाओ। हरप्रीत सिंह बखू बेनती कर रहे हैं जी। हाँ जी, हुक्म करो महाराज। अच्छा एक मैं जानकारी मुहैया करवानी चाहुंदा सां। हाँ जी पिछले दिन ही जे आपां गल करिए, खास करके जिस दिन बंदी छोड़ दिवस सी, जी श्रोमणी गुरुद्वारा प्रबंधक कमेटी वालों निहंग सिंह मुखियां दे सत्कार कीते गए। जी और मेरे ख्याल दे विच पहला जिहड़े सत्कार कीते जांदे हुंदे सी उह हेठां खलोते हुंदे सी ते फसील तों जथेदार सन्मान बख्शदे हुंदे सी। जी मेरे ख्याल दे विच पिछले कुछ कु सालां तों निहंग सिंह जथेबंदियां दे मुखी जिहड़े ने उह जिथे जथेदार खड़दे उत्ते फसील ते जांदे आ, जी और जो सन्मान होने लगा या सन्मान हो गए तो उस तो बाद निहंग सिंघां दे विचों की एक सज्जन ने माइक लैके, जी और जिस तरीके दे नाल इंज कह लिए भी निहंग सिंह मुखी नू की जथेदार जी बाबा बलबीर सिंह जी उन्हां नू की जी उत्थे जथेदार ऐलान दिता, तुहानू लगता है भी ये जथेदार नू चैलेंज किया गया गैनी रघवीर सिंह जी नू, या इंज कह लिए भी कौम दे विच बड़ा बड़ा एक दफेड़ पाया गया है, ये पूरे मैटर नू किवें वेखदे हो? क्योंकि टीवी मीडिया के उपर बार बार इको खबर चलती पी है भी निहंग सिंघां ने अकाल तख्त साहब की फसील से चढ़ के नवा जथेदार थापता, किवें देखो वेखदे गल हो? मखू साहब, दोहरे एंगल तो वेखण वाली गल है। एक तां जिहड़ी सन्मान की प्रक्रिया आ, सन्मान ज्ञानी पिंदरपाल सिंह हुणां दा करना ते समझ च आउंदा आ भी उन्हां ने लगातार अपने ਉਹ ਇੱਕ ਸਟਾਰ ਪ੍ਰਚਾਰਕ ਹੈਗੇ ਆ ਕੌਮ ਦੇ, ਤੇ ਉਹਨਾਂ ਨੇ ਆਪਦੇ ਰਝੇਵੇਂ ਛੱਡ ਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਤੇ ਦੀਵਾਲੀ ਵਾਲੇ ਦਿਨ ਤੱਕ ਜਾਂ ਉਦੋਂ ਇੱਕ ਦਿਨ ਬਾਅਦ ਤੱਕ ਕਥਾ ਕੀਤੀ ਜੀ, ਗੁਰਮਤ ਨਾਲ ਜੋੜਿਆ, ਕੋਈ ਕਾਰਜ ਕੀਤਾ ਜੀ, ਜਾਂ ਕਿਸੇ ਨੇ ਕੋਈ ਕੌਮ ਵਿੱਚ ਨਾਮ ਨਾ ਖੱਟਿਆ ਜੀ। ਹੁਣ ਜਿਹੜੇ ਨਿਹੰਗ ਮੁਖੀਆਂ ਦੀ ਜਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ, ਮੈਨੂੰ ਤੇ ਲੱਗਦਾ ਨੀ ਵੀ ਆ ਇੰਨਾ ਕੁਝ ਹੋ ਗਿਆ ਕੌਮ ਚ। 2015 ਤੋਂ ਲੈ ਕੇ ਬਦਬੀਆਂ ਥਾਵਾਂ ਥਾਵਾਂ ਦੇ ਉੱਤੇ ਬੜਾ ਕੁਝ, ਕੋਈ ਕਿਸੇ ਤਰ੍ਹਾਂ ਦਾ ਵੀ ਪੋਜ਼ਿਟਿਵ ਰੋਲ ਕਦੇ ਕਿਸੇ ਜਥੇਬੰਦੀ ਦਾ ਦੇਖਿਆ ਨੀ ਹੈਗਾ ਜੀ। ਇਹਨਾਂ ਨੂੰ ਸਨਮਾਨਿਤ ਕਿਹੜੇ ਖਾਤੇ ਚ ਕੀਤਾ ਜਾਂਦਾ? ਪਹਿਲਾਂ ਤੇ ਸਵਾਲੀਆ ਚੈਨਾ ਵੀ ਸਨਮਾਨਿਤ ਫਸੀਲ ਤੇ ਖੜ ਕੇ ਕਰਨਾ ਗੱਲ ਵੱਖਰੀ ਆ, ਪਹਿਲਾਂ ਤੇ ਇਹਨਾਂ ਨੂੰ ਸਨਮਾਨਿਤ ਕਾਹਦੇ ਬਦਲੇ ਕੀਤਾ ਜਾਂਦਾ? ਕੌਮ ਦਾ ਕੀ ਸਵਾਰਦੇ ਨੇ? ਕੌਮ ਦੇ ਵਿੱਚ ਕੀ ਜਾਗਰਤੀ ਲੈ ਕੇ ਆਉਂਦੀ ਆ? ਕੌਮ ਦੇ ਵਿੱਚ ਕੀ ਜਿਹੜੀ ਆ ਡੇਰਾਵਾਦ ਇੰਨਾ ਪ੍ਰਫੁੱਲਿਤ ਹੋਇਆ, ਕੀ ਇਹਨਾਂ ਨੇ ਠੱਲ ਪਾਈ ਆ, ਕਿੰਨੇ ਲੋਕਾਂ ਨੂੰ ਇਹਨਾਂ ਨੇ ਖੰਡੇ ਬਾਟੇ ਦੀ ਪੋਲ ਦਿੱਤੀ ਆ, ਕਿੰਨੇ ਲੋਕ ਇਹਨਾਂ ਨੇ ਪਤਤ ਪੁਣੇ ਤੋਂ ਹਟਾ ਕੇ ਗੁਰੂ ਵਾਲੇ ਪਾਸੇ ਜੋੜ ਦਿੱਤੇ ਆ, ਉਹਦੀ ਕੋਈ ਲਿਸਟ ਜਾਂ ਕੋਈ ਇਹਨਾਂ ਨੇ ਕੌਮੀ ਕਾਰਜ ਕਰ ਦਿੱਤਾ ਹੋਵੇ ਜਿਹੜੀਆਂ ਸਰਕਾਰਾਂ ਅੱਜ ਸਾਡੇ ਨੌਜਵਾਨਾਂ ਨੂੰ NSA ਲਾ ਕੇ ਰੱਖੀਆਂ ਫੜੀ ਬੈਠੀਆਂ, ਜਾਂ ਕੋਈ ਉਹਦੇ ਵਾਸਤੇ ਕਾਰਜ ਕੀਤਾ ਹੋਵੇ, ਜਾਂ ਕੋਈ ਹੋਰ ਗੱਲ ਕੀਤੀ ਹੋਵੇ, ਮੈਨੂੰ ਮੇਰੇ ਕਹਿਣ ਤੋਂ ਭਾਵ ਆ ਕਿ ਇਹਨਾਂ ਦੀ ਕਾਰਗੁਜ਼ਾਰੀ ਕੀ ਆ ਜਿਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ। ਦੂਜੀ ਗੱਲ ਵੀ ਜਿਹੜਾ ਉਹ ਨਿਹੰਗ ਸਿੰਘ ਆ ਉਹਦੇ ਵਾਸਤੇ ਇਹਨਾਂ ਨੇ ਕਿਹਾ ਵੀ ਉਹ ਜੀ ਦਵਾਨਾ ਮਸਤਾਨਾ, ਕੱਲ ਦੀ ਇਹਨਾਂ ਦੇ ਨਿਹੰਗ ਸਿੰਘਾਂ ਵੀਰਾਂ ਦੀ ਸਟੇਟਮੈਂਟ ਹੈਗੀ ਆ, ਪੈਰ ਪਿੱਛੇ ਖਿੱਚ ਰਹੇ ਆ ਉਹਦੇ ਤੋਂ, ਉਹਦੀ ਗੱਲ ਤੋਂ। ਨਹੀਂ ਫਿਰ ਤੁਸੀਂ ਇੱਕ ਮਿੰਟ, ਉਸ ਇੱਕ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਆਪਣਾ ਪੈਰ ਪਿਛਾ ਖਿੱਚ ਲਿਆ, ਤੇ ਫਿਰ ਉਹ ਜਿਹੜਾ ਨਿਹੰਗ ਸਿੰਘ ਬੋਲਿਆ ਮਾਈਕ ਦੇ ਉੱਪਰ ਜਿਹਨੇ ਜਥੇਦਾਰ ਬਲਵੀਰ ਸਿੰਘ ਜੀ ਨੂੰ ਨਿਹੰਗ ਮੁਖੀਆਂ ਦੇ ਨੂੰ ਉਹਨਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਬਣਾਇਆ, ਫਿਰ ਤੁਸੀਂ ਉਹਦੀ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ? ਨਹੀਂ ਦੇਖੋ, ਦੋ ਗੱਲਾਂ ਮੈਂ ਪਹਿਲਾਂ ਹੀ ਦੱਸਿਆ ਨਾ। ਪਹਿਲੀ ਗੱਲ ਤੇ ਆਪਾਂ ਕਰ ਦਿੱਤੀ ਵੀ ਇਹਨਾਂ ਦੀ ਕਾਰਗੁਜ਼ਾਰੀ ਕੀ ਆ, ਇਹ ਸਿਰਫ ਤੇ ਸਿਰਫ ਅੰਡਾ ਅੰਨਾ ਵੰਡੇ ਸੀਰ ਨਹੀਂ ਮੁੜ ਮੁੜ ਆਪਣਿਆਂ ਨੂੰ, ਜਿਹੜੇ ਇਹਨਾਂ ਦੇ ਧੜੇ ਦੇ ਨਾਲ ਸੰਬੰਧਿਤ ਹੈਗੇ ਆ, ਜਿਹੜੇ ਇਹਨਾਂ ਦੇ ਧੜੇ ਨੂੰ ਚਾਹੁੰਦੇ ਹੈਗੇ ਉਹਨਾਂ ਨੂੰ ਤੇ ਇਹ ਸਨਮਾਨਿਤ ਕਰਦੇ ਆ। ਬਹੁਤ ਅਜਿਹੀਆਂ ਨਿਹੰਗ ਜਥੇਬੰਦੀਆਂ ਹੈਗੀਆਂ ਜਿਹੜੀਆਂ ਬਾਦਲ ਕੁਨਬੇ ਤੋਂ ਪਾਸੇ ਆ, ਉਹਨਾਂ ਨੂੰ ਇਹ ਕਦੇ ਬੁਲਾਉਂਦੇ ਤੱਕ ਵੀ ਨਹੀਂ ਹੈਗੇ ਉੱਥੇ, ਜਾਂ ਹੋਰ ਜਥੇਬੰਦੀਆਂ ਵੀ ਪੰਜਾਬ ਵਿੱਚ ਕੰਮ ਕਰਦੀਆਂ ਜਿਹੜੀਆਂ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਨਮਾਨ ਆ ਕੀ ਬਾਦਲ ਦਲ ਵੱਲੋਂ ਪਲੋਸਿਆ ਜਾ ਰਿਹਾ? ਇਹ ਦੇਖੋ, ਇਹ ਆਪ ਹੁਦਰੀਆਂ ਲੰਮੇ ਸਮੇਂ ਤੋਂ ਕੌਮ ਦੇ ਵਿੱਚ ਆਪ ਹੁਦਰੀਆਂ ਹੋ ਰਹੀਆਂ ਹਨ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਵੇ, ਚਾਹੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ ਹੋਵੇ, ਚਾਹੇ ਈਵਨ ਇੱਥੋਂ ਤੱਕ ਕਿ ਚਾਹੇ ਹੈੱਡ ਗ੍ਰੰਥੀ ਦੀ ਵੀ ਚੋਣ ਕਿਉਂ ਨਾ ਹੋਵੇ ਸ੍ਰੀ ਦਰਬਾਰ ਸਾਹਿਬ, ਇਹ ਸਾਰੇ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਯੋਗਤਾ ਦੇ ਆਧਾਰ ਤੇ ਨਾ ਹੋ ਕੇ ਉਹ
ਚਾਪਲੂਸੀ ਜਿਹੜਾ ਕਰਦਾ ਆ, ਜਿਹੜਾ ਇਹਨਾਂ ਦੀ ਜਾ ਕੇ ਜੀ ਹਜ਼ੂਰੀ ਕਰਦਾ ਆ, ਉਹ ਲੋਕ ਆ ਰਹੇ ਆ। ਤੇ ਜਦੋਂ ਅਸੀਂ ਆਪ ਹੁਦਰੀਆਂ ਦਾ ਕੰਮ ਚਲਾ ਲਿਆ ਹੋਇਆ ਤੇ ਫਿਰ ਨਿਹੰਗ ਸਿੰਘ ਨੇ ਆਪ ਹੁਦਰੀ ਕਰ ਦਿੱਤੀ ਤੇ ਫਿਰ ਸਾਨੂੰ ਉਹਦੇ ਤੇ ਬਾਹਲੀ ਚੀਕ ਝਾੜਾ ਨਹੀਂ ਪਾਉਣਾ ਚਾਹੀਦਾ। ਘੱਟੋ ਘੱਟ ਗੁਰੂ ਕੇ ਸਿੱਖ ਦੀ ਜਿਹੜੀ ਪੀੜਾ ਆ ਉਹਨੂੰ ਨਿਹੰਗ ਸਿੰਘ ਹੋ ਕੇ ਨਾ ਵੇਖੋ, ਇੱਕ ਸਿੱਖ ਹੋ ਕੇ ਵੇਖ ਲਓ ਉਹਦੀ ਪੀੜਾ ਨੂੰ ਤੇ ਸਮਝੋ ਨਾ, ਉਹਦਾ ਦਰਦ ਕੀ ਆ, ਉਹ ਬੋਲਿਆ ਕੀ ਆ, ਉਹਨੂੰ ਇਹ ਲੋੜ ਕਿਉਂ ਪੈ ਗਈ ਇਹ ਸ਼ਬਦ ਕਹਿਣ ਦੀ ਵੀ ਅਸੀਂ ਆਪਣਾ ਜਥੇਦਾਰ ਥਾਪ ਰਹੇ ਹਾਂ। ਇੱਥੋਂ ਸਿੱਧਾ ਸਿੱਧਾ ਸਿੱਧ ਹੁੰਦਾ ਆ ਕਿ ਜਿਹੜੇ ਮੌਜੂਦਾ ਸਮੇਂ ਚ ਜਾਂ ਪਹਿਲਾਂ ਰਹਿ ਚੁੱਕੇ ਜਥੇਦਾਰ ਜੀ, ਉਹਨਾਂ ਦੀ ਕਾਰਜ ਗੁਜ਼ਾਰੀ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਉਸ ਨਿਹੰਗ ਸਿੰਘ ਦੀ ਸਪੀਚ ਨੇ। ਮੈਂ ਤੁਹਾਡੀ ਗੱਲ ਐਗਰੀ ਕਰਦਾ ਵਾਂ, ਪਰ ਸਵਾਲ ਪੈਦਾ ਹੋ ਗਿਆ ਤੁਸੀਂ ਅੱਜ ਖੁੱਲ ਕੇ ਕੁਛ ਨਾਮ ਨਹੀਂ ਲੈ ਰਹੇ। ਮੇਰੇ ਕਹਿਣ ਤੋਂ ਭਾਵ ਆ ਤੁਸੀਂ ਕਿਹਾ ਵੀ ਅੱਜ ਨਿਹੰਗ ਸਿੰਘ ਨੇ ਜਥੇਦਾਰ ਅਨਾਊਂਸ ਕਰ ਦਿੱਤਾ ਤੇ ਕੀ ਹੋ ਗਿਆ, ਇਸ ਤੋਂ ਪਹਿਲਾਂ ਵੀ ਚਾਪਲੂਸ ਬੰਦੇ ਲੱਗੇ ਨੇ, ਉਹ ਕਿਹਨਾਂ ਨੇ ਲਾਏ ਹੈ? ਦੇਖੋ ਬਾਦਲਾਂ ਦੀ ਇਹ ਅੱਜ ਗਲਬਾ ਹੈਗਾ, ਇਹ ਕੋਈ ਦੂਜੀ ਰਹਿ ਨਹੀਂ ਹੈਗੀ, ਬਾਦਲ ਪਰਿਵਾਰ ਦਾ ਗਲਬਾ। ਇਹ ਗੱਲ ਚੱਲੀ ਕਿਉਂ, 2015 ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਸਰੂਪ ਚੋਰੀ ਹੋ ਜਾਣਾ। ਹੁਣ ਮੈਂ ਕਹਿਤਾ ਤੁਸੀਂ ਸੁਣ ਲਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਣਾ ਛੋਟੀ ਗੱਲ ਨਹੀਂ ਹੈ। 1 June 2015 ਨੂੰ ਬਰਜੂ ਜਵਾਹਰ ਸਿੰਘ ਤੋਂ ਨਾਂ ਲੱਭਣਾ ਤੇ ਮੌਜੂਦਾ ਜਥੇਦਾਰ ਦੇ ਮੂੰਹ ਵਿੱਚ ਘੁੰਗਣੀਆਂ ਪੈ ਜਾਣੀਆਂ ਗਿਆਨੀ ਗੁਰਬਚਨ ਸਿੰਘ ਹੋਣਾ ਦੇ, ਕੁਛ ਨਾ ਕਰਨਾ। ਅੱਛਾ, ਮੁੜ ਕੇ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਚੌਥੇ ਮਹੀਨੇ ਅਗਲੇ ਟਾਰਗੇਟ ਕਰਕੇ ਪੋਸਟਰ ਲਾ ਦੇਣੇ, ਤੁਹਾਡਾ ਗੁਰੂ ਸਿੱਖਾਂ ਦਾ ਗੁਰੂ ਸਾਡੇ ਕੋਲ ਲੱਭ ਸਕਦੇ, ਲੱਭ ਲਓ ਜਥੇਦਾਰ ਚੁੱਪ। ਅੱਛਾ, ਫੇਰ ਜੇ ਪੰਜ ਪਿਆਰਿਆਂ ਨੇ ਉਦੋਂ ਇਹ ਗੱਲ ਕੀਤੀ, ਜੁਰਤ ਕੀਤੀ ਸੱਚ ਕਹਿਣ ਦੀ, ਤੇ ਮੱਕੜ ਹੁਣਾਂ ਵੱਲੋਂ ਬਾਦਲਾਂ ਵੱਲੋਂ ਵਾਇਆ ਮੱਕੜ ਪੰਜ ਪਿਆਰੇ ਹੀ ਸਸਪੈਂਡ ਕਰ ਦੇਣੇ। ਇਹ ਕਿੰਨੀ ਵੱਡੀ ਗੱਲ ਆ, ਇਹ ਇੱਕ ਬੱਜਰ ਗੁਨਾਹ ਸੀਗਾ ਤੇ ਕੋਈ ਨਾ ਬੋਲਿਆ, ਜਥੇਦਾਰ ਵੀ ਨਾ ਬੋਲਿਆ। ਫੇਰ ਸੌਦਾ ਸਾਧ ਨੂੰ ਬਿਨਾਂ ਮੰਗਿਆ ਮਾਫ਼ੀ 90 ਲੱਖ ਦਾ ਇਸ਼ਤਿਹਾਰ ਦੇ ਕੇ ਇੰਪਰੂਵ ਕਰਨੀ, ਕੋਈ ਨਾ ਬੋਲਿਆ। ਫਿਰ ਜਥੇਦਾਰਾਂ ਨੇ ਕੋਠੀਆਂ ਵਿੱਚ ਜਾ ਕੇ, ਬਾਦਲਾਂ ਦੀਆਂ ਕੋਠੀਆਂ 'ਚ ਜਾ ਕੇ ਹੁਕਮਨਾਮੇ ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਲਈ, ਕੋਈ ਨਾ ਬੋਲਿਆ। ਤੇ ਉਹ ਜਿਹੜੇ ਨਿਹੰਗ ਸਿੰਘ ਦੀ, ਨਿਹੰਗ ਸਿੰਘਾਂ ਦੀ ਪੀੜਾ ਬੋਲ ਰਹੀ ਆ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਏ ਕਿਸ ਕਹੀਏ, ਸ਼ਾਇਦ ਮਹਾਰਾਜ ਬਾਣੀ 'ਚ ਇੱਦਾਂ ਵੀ ਫਰਮਾਉਂਦੇ ਆ, ਤੇ ਉਹਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ। ਹੁਣ ਸਾਰੇ ਪੈਰ ਖਿੱਚ ਰਹੇ ਆ, ਮੰਡਾ ਮੰਡਾ ਡਾਲ ਰਹੇ ਆ, ਤੇ ਜੇ ਆਪਾਂ ਗੱਲ ਕਰੀਏ ਮੌਜੂਦਾ ਸਮੇਂ 'ਚ ਉੱਥੇ ਮੌਜੂਦਾ ਜੇ ਉਹਨਾਂ ਨੂੰ ਰੋਕਣਾ ਸੀ, ਇੱਕ ਦੂਜਾ ਪੱਖ ਵੀ ਹੈ ਨਾ ਵੀ ਰੋਕਣਾ, ਤੇ ਜੇ ਇੱਥੇ ਕੋਈ ਗਰੀਬ ਮਹਾਤੜ ਸਿੱਖ 328 ਸਰੂਪਾਂ ਦਾ ਹਿਸਾਬ ਲਵੇ ਤੇ ਸ਼੍ਰੋਮਣੀ ਕਮੇਟੀ ਦੀ ਤਾਕਤ ਸਪੋਰਟ ਤੋੜੇ ਹੱਡ ਭੰਨੇ ਹੱਡ, ਤੇ ਜੇ ਕੋਈ ਆਮ ਸਿੱਖ ਉੱਥੇ ਮੱਥਾ ਟੇਕਣ ਵੀ ਜਾਵੇ, ਤੁਹਾਡੇ ਮਖੂ ਏਰੀਏ ਦਾ ਨੌਜਵਾਨ ਉਹਨੂੰ ਮਿਰਗੀ ਵਗੈਰਾ ਦਾ ਦੌਰਾ ਜਾਂ ਕੋਈ ਉਹਨੂੰ ਪੈਂਦਾ ਸੀਗਾ ਤੇ ਉਹਦੇ ਹੱਡ ਤੋੜਨ, ਹੋਰ ਅਨੇਕਾਂ ਗੱਲਾਂ ਕਰ ਦਿੰਦੇ ਨੇ ਮਹਾਤੜ ਧਮਾਤੜ ਨਾਲ। ਹੁਣ ਨਿਹੰਗ ਸਿੰਘ ਸਾਹਮਣੇ ਵੇਖ ਕੇ ਡਰ ਲੱਗਦਾ ਸੀਗਾ, ਉਹਨਾਂ ਨੂੰ ਰੋਕਿਆ ਕਿਉਂ ਨਾ? ਜਿਹੜਾ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਹੋਣੀ ਆ ਉਹ ਬੈਠੇ ਹੋਏ ਆ ਤੇ ਉਹਨਾਂ ਦੇ ਸਾਹਮਣੇ ਬੋਲੀ ਜਾਂਦੀ ਕੀ, ਜੇ ਮਰਜ਼ਾਦਾ ਉਹਨਾਂ ਨੂੰ ਲੱਗ ਰਿਹਾ ਸੀ ਮਰਜ਼ਾਦਾ ਨੂੰ ਢਾਹ ਲੱਗਦੀ ਆ ਤੇ ਉਹਨਾਂ ਦੀ ਫਸਟ ਪ੍ਰਾਇਓਰਟੀ ਬਣਦੀ ਸੀ ਉਹਨਾਂ ਨੂੰ ਉੱਠ ਕੇ ਰੋਕਣਾ ਜੀ। ਤੇ ਦੂਜੇ ਬੰਨੇ ਜਿਹੜੇ ਮੌਜੂਦਾ ਜਥੇਦਾਰ ਰੰਗਵੀਰ ਸਿੰਘ ਆ ਉਹ ਕਿਉਂ ਦੁੰਬ ਛੁਪਾ ਕੇ ਨਿਕਲ ਗਏ, ਉਹਨਾਂ ਨੇ ਕਿਉਂਕਿ ਚੈਲੰਜ ਤੇ ਉਹਨਾਂ ਦੀ ਜਥੇਦਾਰੀ ਨੂੰ ਆ, ਹਾਂ ਬਹੁਤ ਵੱਡਾ ਚੈਲੰਜ ਸੀ। ਹੁਣ ਅੱਜ ਜਿਹੜੀਆਂ ਗੱਲਾਂ ਕਰੀਆਂ ਜਾ ਰਹੀਆਂ ਵੀ ਉਹ ਜੀ ਏਦਾਂ ਜੀ ਉਹ ਆ ਗਿਆ ਜੀ, ਉਹਨਾਂ ਦੀ ਜਾਂਚ ਦੇ ਆਦੇਸ਼ ਦਿੱਤੇ, ਰਿਪੋਰਟ ਜਾਰੀ ਕਰਨ ਲਈ SCPC ਨੂੰ ਕਿਹਾ, ਹਨਾ ਆਹ ਗੱਲਾਂ ਆ ਰਹੀਆਂ ਨੇ, ਪਰ ਇਹ ਤੇ ਹੋ ਗਿਆ ਨਾ ਗੱਲਾਂ। ਹਾਂ, ਜਥੇਦਾਰ ਗੋਂਗਲੂਆ ਤੋਂ ਮਿੱਟੀ ਝਾੜੀ ਜਾ ਰਹੀ ਆ, ਗੋਂਗਲੂਆ ਤੋਂ ਮਿੱਟੀ ਝਾੜੀ ਜਾ ਰਹੀ ਆ। ਗੱਲ ਘੁਮਾ ਫਿਰਾ ਕੇ ਇੱਥੇ ਹੀ ਆਉਂਦੀ ਆ ਕਿ ਸਿੱਖ ਨੂੰ ਬੋਲਣਾ ਕਿਉਂ ਪਿਆ, ਆਪਣੇ ਅਤੀਤ ਅੰਦਰ ਇਹਨਾਂ ਨੂੰ ਝਾਤੀ ਮਾਰਨੀ ਪਊਗੀ ਜੀ। ਪਰ ਤੁਹਾਨੂੰ ਲੱਗਦਾ ਨਹੀਂ ਕਿ ਜਥੇਦਾਰ ਨੂੰ ਲਾਉਣ ਤੇ ਲਾਉਣ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਆ? ਵਿਧੀ ਵਿਧਾਨ ਕਦੀ ਬਾਦਲ ਕਿਆ ਨੇ ਢਾਤਾ, ਹੁਣ ਆਮ ਬੰਦੇ ਬੋਲ ਪਏ ਹਨਾ, ਉਸ ਬੰਦੇ ਤੇ ਪਰਚਾ ਵੀ ਕਹਿਣ ਤੋਂ ਭਾਵ ਕੋਈ ਵਿਧੀ ਵਿਧਾਨ, ਕੋਈ ਪੰਥਕ ਸਹਿਮਤੀ, ਕੋਈ ਗੁਰ ਸਿਧਾਂਤ, ਕੁਛ ਐਸਾ ਕੁਛ ਵੀ ਨਹੀਂ ਬਣਦਾ, ਕੋਈ ਪੰਥਕ ਪਰੰਪਰਾਵਾਂ ਵੀ ਹੁੰਦੀਆਂ ਨੇ। ਜਿੰਨਾ ਚਿਰ ਜਥੇਦਾਰ ਕੌਮ ਦਾ ਨਹੀਂ ਹੋਊਗਾ ਉਨਾ ਚਿਰ ਏਦਾਂ ਹੋਣੀ, ਇਹ ਗੱਲਾਂ ਹੋਣੀਆਂ ਸੁਭਾਵਿਕ ਆ, ਇਹ ਹਜੇ ਸ਼ੁਰੂ ਆ ਦਾ, ਇਸ ਨੂੰ ਅੱਗੇ ਵੱਧ ਕੁਝ ਵੀ ਹੋ ਸਕਦਾ। ਇਹ ਮੇਰਾ ਖਾਦਿਸ਼
ਖਦਸ਼ਾ ਨਹੀਂ ਹੈਗਾ, ਮੇਰਾ ਯਕੀਨ ਆ, ਕਿਉਂਕਿ ਇਹਨਾਂ ਨੂੰ ਹੋ ਸਕਦਾ ਕਿਸੇ ਥਾਵਾਂ ਦੇ ਉੱਤੇ ਬੋਲਦੇ ਹੋਏ ਜਥੇਦਾਰਾਂ ਦਾ ਮੂਹਰਿਓ ਮੈਕ ਵੀ ਚੱਕੇ ਜਾਣਗੇ, ਜਿੰਨਾ ਚਿਰ ਇਹ ਧੜੇ ਦੇ ਹੋ ਕੇ ਵਿਚਰਨਗੇ। ਸਿੱਖ ਜਾਗਰੂਕ ਹੋਇਆ ਆ, ਭਾਵੇਂ ਉਹਨੂੰ ਦੀਵਾਨਾ ਕਹਿ ਲੈਣ ਭਾਵੇਂ ਮਸਤਾਨਾ ਕਹਿ ਲੈਣ, ਉਸ ਸਿੱਖ ਦੀ ਆਪਣੀ ਆਵਾਜ਼ ਸੀ, ਉਹ ਜਿਹੜੇ ਧੜੇ ਨੂੰ ਉਹ ਰੀਪ੍ਰਜੈਂਟ ਕਰਦਾ ਉਹਦੇ ਮੁਖੀ ਦਾ ਉਹਨੇ ਨਾਂ ਲੈਤਾ। ਹੁਣ ਬਸ਼ਰਤੇ ਕਿ ਉਹ ਮੁਖੀ ਜਿਹੜਾ ਲੱਤਾਂ ਤੇ ਲੱਤਾਂ ਭਾਰ ਨਹੀਂ ਚੱਲਦੀਆਂ ਉਹ ਖਿੱਚਦਾ, ਕਿਉਂਕਿ ਉਹਨਾਂ ਨੇ ਉਹ ਕੋਈ ਜਿਹੜੀ ਇਹ ਦਿੰਦੇ ਹੁੰਦੇ ਸੇਵਾ ਵਗੈਰਾ ਉਹ ਲੈਂਦੇ ਆ ਇਹਨਾਂ ਆਪਸ ਵਿੱਚ ਘਿਓ ਖਿਚੜੀ ਹੈਗੇ ਆ ਇਹ ਬੁੱਢਾ ਦਲ ਤੇ ਉਹ ਬਾਦਲ ਟੱਬਰ। ਇਸ ਕਰਕੇ ਉਹਨਾਂ ਦੀ ਭਾਵਨਾ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜੀ। ਤਰੀਕਾਕਾਰ ਉਹਨਾਂ ਦਾ ਗਲਤ ਜ਼ਰੂਰ ਹੋ ਸਕਦਾ, ਪਰ ਉਹਨਾਂ ਦੀ ਅੰਦਰੋਂ ਭਾਵਨਾ ਸੁੱਚੀ ਆ ਵੀ ਸਾਡੇ ਤਖ਼ਤ ਦੇ ਜਥੇਦਾਰਾਂ ਦੀਆਂ ਜੁਰਤਾਂ ਮੁੱਕ ਗਈਆਂ, ਸਾਨੂੰ ਕਾਲੀ ਬਾਬਾ ਫੂਲਾ ਸਿੰਘ ਵਰਗਾ ਨਿਹੰਗ ਸਿੰਘ ਜਥੇਦਾਰ ਚਾਹੀਦਾ। ਕਹਿਣਾ ਉਹ ਚਾਹੁੰਦੇ ਸੀ, ਪਰ ਉਹ ਮੌਜੂਦਾ ਮੁਖੀ ਨੂੰ ਕਹਿ ਰਿਹਾ, ਪਰ ਮੌਜੂਦਾ ਮੁਖੀ ਤੇ ਹੁਣ ਪੈਰ ਹੀ ਨਹੀਂ ਧਰਦਾ, ਉਹ ਤਾਂ ਪਛਾਣ ਨੂੰ ਖਿੱਚੀ ਜਾਂਦਾ। ਜੀ ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਭਾਈ ਸੁਖਜੀਤ ਸਿੰਘ ਖੋਸਾ ਜੀ ਤੁਹਾਡਾ ਧੰਨਵਾਦ, ਤੁਸੀਂ ਆਪਣੇ ਢੰਗ ਦੇ ਵਿੱਚ ਜਾਣਕਾਰੀ ਦਿੱਤੀ ਹੈ ਵੀ ਜੇ ਬਾਦਲ ਕੇ ਲਾਉਣ ਤੇ ਉਹ ਸਹੀ ਹੈ, ਪਰ ਜੇ ਆਮ ਸਿੱਖ ਦੀ ਆਵਾਜ਼ ਸੀ ਤੇ ਉਹ ਗਲਤ ਕਿਵੇਂ ਹੋ ਗਈ। ਸੋ ਖੈਰ ਜਲਦੀ ਤੁਹਾਡੇ ਨਾਲ ਗੱਲ ਤਾਂ, ਮੇਰੀ ਇੱਕ ਮਿੰਟ ਗੱਲ ਸੁਣ ਲਓ, ਆਪ ਹੁਦਰੀਆਂ ਸ਼ੁਰੂ ਕਿਹਨੇ ਕੀਤੀਆਂ ਆ? ਬਾਦਲ ਪਰਿਵਾਰ ਆਪ ਹੁਦਰੀ ਕਰੇ ਤੇ ਜਾਇਜ਼, ਜੇ ਸਿੱਖ ਆਪ ਹੁਦਰੀ ਕੋਈ ਆਪ ਹੁਦਰਾ ਸਿੱਖ ਗੁਰੂ ਕਾ ਸਿੱਖ ਪਿਆਰ ਵਿੱਚ ਭਾਵਨਾ ਵਿੱਚ ਬਹਿ ਕੇ ਬੋਲ ਦੇਵੇ ਦੋ ਸ਼ਬਦ ਤੇ ਉਹ ਨਜਾਇਜ਼ ਜੀ, ਫਿਰ ਕਾਨੂੰਨ ਤੇ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਜੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸੁਖਜੀਤ ਸਿੰਘ ਖੋਸਾ ਜੀ ਤੁਹਾਡੇ ਧੰਨਵਾਦੀਆਂ, ਸਮੇਂ ਸਮੇਂ ਤੇ ਤੁਸੀਂ ਆਪਣੇ ਕੀਮਤੀ ਸੁਝਾਅ ਸੰਗਤਾਂ ਦੇ ਰੂਬਰੂ ਕਰਦੇ ਹੋ। ਜਲਦੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।